ਕੋਵਿਡ 19 ਤੋਂ ਬਚਣ ਲਈ ਪੰਜਾਬ ਸਰਕਾਰ ਨੇ ਮਲੇਰਕੋਟਲੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਮਲੇਰਕੋਟਲੇ ਵਿੱਚ ਕੁਝ ਦਿਨ ਦਾ ਮੁਕੰਮਲ ਤੌਰ ਤੇ ਲੋਕਡਾਊਨ ਕਰ ਦਿੱਤਾ ਗਿਆ ਹੈ। ਲੋਕਡਾਊਨ ਵਿੱਚ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਹੀ ਆਉਣ ਜਾਣ ਦੀ ਛੂਟ ਹੋਵੇਗੀ। ਆਓ ਹੁਣ ਗੱਲਬਾਤ ਕਰਾਂਗੇ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਜੀ ਅਤੇ ਐਸਐਮਓ ਜਸਵਿੰਦਰ ਸਿੰਘ ਜੀ ਦੇ ਨਾਲ। ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ। ਰਿਪੋਰਟਿੰਗ ਦਿਲਦਾਰ ਹੁਸੈਨ, ਦਿਲਦਾਰ ਗਲੋਬਲ ਨਿਊਜ਼, ਮਲੇਰਕੋਟਲਾ। ਹਾਂਜੀ ਸਰ, ਜੋ ਮਤਲਬ ਲੋਕਡਾਊਨ ਦਾ ਫੈਸਲਾ ਹੈ ਪ੍ਰਸ਼ਾਸਨ ਵੱਲੋਂ ਕੱਲ ਤੇ ਪਰਸੋਂ, ਮਤਲਬ ਮੰਗਲਵਾਰ ਤੇ ਬੁੱਧਵਾਰ ਦਾ, ਇਸ ਸੰਬੰਧੀ ਜਾਣਨਾ ਚਾਹੁੰਦੇ ਕਿ ਕੰਪਲੀਟ ਲੋਕਡਾਊਨ ਹੋਏਗਾ ਸ਼ਹਿਰ ਚ? ਹਾਂਜੀ, ਜੋ ਮਲੇਰਕੋਟਲਾ ਦੇ ਅੰਦਰ ਕੋਰੋਨਾ ਵਾਇਰਸ ਦੇ ਕੇਸਿਸ ਵੱਧ ਰਹੇ, ਇਹਨੂੰ ਦੇਖਦੇ ਹੋਏ ਮਾਨਯੋਗ ਡੀਸੀ ਸਾਹਿਬ ਸੰਗਰੂਰ ਸ੍ਰੀ ਰਾਮਵੀਰ ਸਿੰਘ ਜੀ ਵੱਲੋਂ ਫੈਸਲਾ ਲਿਆ ਗਿਆ ਕਿ 2 ਦਿਨ ਦਾ ਮਲੇਰਕੋਟਲਾ ਵਿਖੇ ਕੰਪਲੀਟ ਲੋਕਡਾਊਨ ਰੱਖਿਆ ਜਾਏਗਾ ਕੱਲ ਟਿਊਜ਼ਡੇ ਤੇ ਵੈਡਨਸਡੇ। ਇਸ ਦੌਰਾਨ ਜੋ ਐਮਰਜੈਂਸੀ ਸਰਵਿਸਿਸ ਹੈ, ਮੈਡੀਕਲ ਸਰਵਿਸਿਸ ਹੈ, ਮੈਡੀਕਲ ਸਟੋਰ, ਹੋਸਪਿਟਲ, ਉਹ ਖੁੱਲ੍ਹੇ ਰਹਿਣਗੇ। ਔਰ ਮਿਲਕ ਦੀ ਸਪਲਾਈ ਹੈ, ਉਹ ਸਵੇਰੇ ਫਿਕਸ ਟਾਈਮ ਹੋਏਗਾ ਉਹਦਾ, ਅਤੇ ਬਾਕੀ ਜਿਹੜੀ ਟੋਟਲ ਮਾਰਕੀਟ ਹੈ ਜਾਂ ਹੋਰ ਕਮਰਸ਼ੀਅਲ ਐਕਟੀਵਿਟੀਜ਼ ਹੈ ਟੋਟਲ ਬੰਦ ਰਹਿਣਗੀਆਂ। ਅਤੇ ਇਸ ਵਿੱਚ ਸਿਰਫ ਐਮਰਜੈਂਸੀ ਕੇਸਿਸ ਨੂੰ ਅਸੀਂ ਅਲਾਓ ਕਰਾਂਗੇ ਇਹਨਾਂ ਦੇ ਅੰਦਰ, ਔਰ ਇਹਦੇ ਵਾਸਤੇ ਕੋਈ ਐਮਰਜੈਂਸੀ ਕੇਸਿਸ ਵਾਲਿਆਂ ਨੂੰ ਕੋਈ ਸਪੈਸ਼ਲ ਪਾਸ ਦੀ ਕੋਈ ਲੋੜ ਨਹੀਂ ਹੋਏਗੀ, ਉਹਨਾਂ ਕੋਲ ਵੈਲਿਡ ਕੋਈ ਨਾ ਕੋਈ ਟ੍ਰੀਟਮੈਂਟ ਦਾ ਡਾਕੂਮੈਂਟ ਜਾਂ ਕੋਈ ਜਿਹੜਾ ਉਸ ਚੀਜ਼ ਨੂੰ ਕੋਰੋਬਰੇਟ ਕਰੇ। ਦੇਖੋ, ਜੋ ਗਵਰਨਮੈਂਟ ਦੀ ਗਾਈਡਲਾਈਨ ਹੈ ਅਸੀਂ ਉਹਦੇ ਮੁਤਾਬਕ ਸਖਤੀ ਕਰਾਂਗੇ ਔਰ ਇਨਸ਼ੋਰ ਕਰਾਂਗੇ ਕਿ ਕੋਰੋਨਾ ਵਾਇਰਸ ਦੇ ਕੇਸਿਸ ਨਾ ਵਧਣ ਔਰ ਇਹਨੂੰ ਅਸੀਂ ਜਲਦੀ ਤੋਂ ਜਲਦੀ ਕੰਟਰੋਲ ਕਰ ਸਕੀਏ। ਨਹੀਂ, ਲੋਕਡਾਊਨ ਦੌਰਾਨ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਸੀਂ ਸਖਤੀ ਨਾਲ ਇਹਨੂੰ ਕੋਈ ਵੀ ਐਕਟੀਵਿਟੀ ਜਿਹੜੀ ਕਮਰਸ਼ੀਅਲ ਐਕਟੀਵਿਟੀ ਹੈ ਉਹ ਅਲਾਊਡ ਨਹੀਂ ਹੋਏਗੀ। ਸਰ, ਟੋਟਲ ਕਿੰਨੇ ਕੇਸਿਸ ਆ ਗਏ ਮਲੇਰਕੋਟਲੇ ਵਿੱਚ ਕੋਰੋਨਾ ਦੇ? ਸਰ, ਹੁਣ ਤੱਕ ਕੋਈ 150 ਤੋਂ ਉੱਪਰ ਪੋਜ਼ਿਟਿਵ ਕੇਸ ਸਾਡੇ ਕੋਲ ਆ ਗਏ ਹੈ। 2 ਦਿਨਾਂ ਦੇ ਪਿੱਛੇ ਜ਼ਿਆਦਾ ਆਏ, 32 ਕੇਸ ਆਏ, ਇੱਕ ਦਿਨ 16, ਕੱਲ੍ਹ 16 ਆਏ, ਅਤੇ ਇਹ ਮਤਲਬ ਕਾਫੀ ਜ਼ੋਰਦਾਰ ਉਹਦੇ ਨਾਲ ਇਹ ਵੱਧ ਰਿਹਾ। ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਵੀ ਇਹ ਥੋੜ੍ਹਾ ਸਪਰੈਡ ਨੂੰ ਰੋਕਿਆ ਜਾਵੇ, ਘਰਾਂ 'ਚ ਰਹਿਣ ਅਤੇ ਇਹਨੂੰ ਚੇਨ ਨੂੰ ਤੋੜਨ ਜੇ ਤੋੜ ਸਕਦੇ ਹਾਂ ਸਾਰੇ, ਸਾਨੂੰ ਥੋੜ੍ਹਾ ਜਿਹਾ ਸਹਿਯੋਗ ਦੇਣ। ਜਦੋਂ ਅਸੀਂ ਸੈਂਪਲਿੰਗ ਕਰ ਲਈ ਤਾਂ ਸਾਡੀਆਂ ਸਰਵੇ ਟੀਮਸ ਜਾਂਦੀਆਂ, ਉਹਨਾਂ ਨੂੰ ਇਹ ਸਹਿਯੋਗ ਦੇਣ, ਅਤੇ ਮੇਰਾ ਖਿਆਲ ਹੈ ਜੇ ਸਹਿਯੋਗ ਦੇਣਗੇ ਤਾਂ ਕੋਈ ਚੀਜ਼ਾਂ ਜਿਹੜੀਆਂ ਵੀ ਹੈਗੀਆਂ ਪੋਜ਼ਿਟਿਵ ਅਸੀਂ ਮਰੀਜ਼ ਕੱਢ ਲਾਂਗੇ ਅਤੇ ਥੋੜ੍ਹਾ ਠੀਕ ਹੋ ਜਾਏਗਾ। ਬਾਕੀ ਕੀ ਉਰੇ ਆਪਣੇ ਸਾਰਾ ਇੰਤਜ਼ਾਮ ਹੈ ਜੋ ਇਹਨਾਂ ਨੂੰ ਸੰਭਾਲਣ ਦਾ ਮਰੀਜ਼ਾਂ ਨੂੰ, ਜੋ ਵੀ ਮਰੀਜ਼ ਨਿਕਲ ਰਹੇ ਨੇ? ਸਾਡੇ ਕੋਲ L2 ਲੈਵਲ ਹੋਸਪਿਟਲ ਦੀ ਫੈਸਿਲਿਟੀ ਹੈਗੀ ਹੈ, ਸਾਡੇ ਕੋਲ 28 ਤਕਰੀ ਬੈੱਡ ਹੈਗੇ। ਹੁਣ ਵੀ ਮੇਰੇ ਕੋਲ ਤਕਰੀਬਨ 34 ਪੇਸ਼ੈਂਟ ਸੀਗੇ ਅਤੇ ਉਹਨਾਂ 'ਚੋਂ 5-6 ਨੂੰ ਅਸੀਂ ਡਿਸਚਾਰਜ ਕਰ ਰਹੇ ਹਾਂ ਅੱਜ, ਜਿੰਨਾ ਟਾਈਮ ਪੂਰਾ ਹੋ ਗਿਆ। ਸਾਡੇ ਕੋਲ ਪੂਰੀ ਉਹਦੀ ਸੁਵਿਧਾ L2 ਦੀ ਉਪਲਬਧ ਹੈ। ਲੋਕਾਂ ਲਈ ਕੀ ਅਪੀਲ ਰਹੂਗੀ ਤੁਹਾਡੀ? ਸਰ, ਲੋਕਾਂ ਨੂੰ ਇਹੀ ਅਪੀਲ ਕਰਾਂਗੇ ਵੀ ਚੇਨ ਨੂੰ ਤੋੜਨ। ਮੇਰੀ ਮੁੜ ਕੇ ਵਾਰ ਵਾਰ ਇਹੀ ਗੁਜ਼ਾਰਿਸ਼ ਆ ਸਾਰੀ ਪਬਲਿਕ ਨੂੰ ਵੀ ਉਹ ਇਹ ਚੇਨ ਨੂੰ ਤੋੜਨ, ਘਰਾਂ 'ਚ ਰਹਿਣ, ਘੱਟ ਤੋਂ ਘੱਟ ਇੱਕ ਦੂਜੇ ਨੂੰ ਮਿਲਣ ਅਤੇ ਬਾਹਰ ਨਾ ਨਿਕਲਣ, ਕਿਉਂਕਿ ਅਨਸੈਸਰੀ ਕਿਸੇ ਵੀ ਕੰਮ ਤੋਂ ਬਿਨਾਂ ਬਾਹਰ ਨਾ ਜਾਣ, ਅਤੇ ਜਦੋਂ ਵੀ ਜਾਂਦੇ ਆ ਘਰੋਂ ਬਾਹਰ ਆਉਂਦੇ ਆ ਹੈਂਡ ਵਾਸ਼ ਜ਼ਰੂਰ ਕਰਨ ਅਤੇ ਸੈਨੇਟਾਈਜ਼ਰ ਆਪਣੀ ਜੇਬ 'ਚ ਰੱਖਣ, ਜਿੱਥੇ ਵੀ ਕਿਤੇ ਟੱਚ ਕਰਦੇ ਉਦੋਂ ਬਾਅਦ ਸੈਨੇਟਾਈਜ਼ ਆਪਣੇ ਹੱਥਾਂ ਨੂੰ ਕਰਨ। ਅਤੇ ਜਿੰਨੀ ਮੋਬਿਲਿਟੀ ਘਟੂਗੀ, ਜਿੰਨੇ ਲੋਕ ਅੰਦਰ ਰਹਿਣਗੇ ਤਾਂ ਹੀ ਇਹ ਸਪਰੈਡ ਰੁਕੇਗਾ, ਨਹੀਂ ਤਾਂ ਇਹ ਬਹੁਤ ਹੀ ਜਿੱਦਾਂ ਬੰਬ ਦੀ ਤਰ੍ਹਾਂ ਬਲਾਸਟ ਮਤਲਬ ਉਹਦੇ ਵਾਂਗੂ ਵਧੇਗਾ। ਅੱਛਾ ਡਾਕਟਰ, ਜੋ ਡਾਕਟਰ ਸਾਹਿਬ ਮਤਲਬ 2 ਦਿਨ ਦਾ ਲੋਕਡਾਊਨ ਉਹਨਾਂ ਲਾਣਿਆ ਗਿਆ, ਇਹਦੇ ਨਾਲ ਕੀ ਲੱਗਦਾ ਤੁਹਾਨੂੰ, ਕਿੰਨਾ ਕੁ ਅਸਰ ਰਹੇਗਾ? ਨਹੀਂ, ਬਿਲਕੁਲ ਸਰ, ਉਹਦਾ ਜ਼ਰੂਰ ਫਾਇਦਾ ਹੋਏਗਾ। 2 ਦਿਨ ਦੇ ਲੋਕ, ਮੈਂ ਉਹੀ ਕਹਿ ਰਿਹਾ, ਮੇਰੀ ਜਿਹੜੀ ਗੱਲ ਮੈਂ ਕਹੀ ਆ ਵੀ ਲੋਕ ਘਰਾਂ 'ਚ ਰਹਿਣ, ਲੋਕਡਾਊਨ ਦਾ ਮਤਲਬ ਘਰਾਂ 'ਚ ਰਹਿਣ ਹੀ ਆ, ਵੀ ਉਹ ਜੇ ਘਰਾਂ 'ਚ ਰਹਿਣਗੇ ਤਾਂ ਸਪਰੈਡ ਰੁਕੇਗਾ। ਥੋੜ੍ਹਾ ਜਿਹਾ ਮੈਨੂੰ ਇਹ ਮੈਂ ਅਪੀਲ ਕਰਾਂਗਾ ਵੀ ਥੋੜ੍ਹਾ ਜਿਹਾ ਹੋਰ ਜੀ ਵੱਧ ਜੇ ਤਾਂ ਉਹਦੇ ਨਾਲ ਥੋੜ੍ਹਾ ਜਿਹਾ ਬੈਟਰ ਹੋ ਜਾਏਗਾ। ਥੈਂਕ ਯੂ।